ਮਹਾਂਪੁਰਸ਼ਾਂ ਦੇ ਮੁਕਾਬਲੇ ਨਵਾਂ ਅੰਮ੍ਰਿਤ ਮਈ ਰਾਣੀ ਬੁੱਧਾਂ ਦਾ ਮਿਲੀ ਰਿਹਾ ਹੈ। ਰਾਤ ਦੀਆਂ ਚੌਧਾਰੀ ਚੌਥਾ ਹਰ ਘੜੀ ਚੌ ਜਾਏ ਆਨੰਦ ਹੀ ਆਨੰਦ ਰਸੀ ਰਹਿਵਾ ਹੈ। ਆਪਾਂ ਰਾਤ ਸ਼੍ਰੀ ਠਾਕੁਰ ਦੇਵਨ ਜੀ ਚੌ ਜਾਏ ਤਰੀਕੇ ਜੇ ਤੇਰੀ ਮਹਿਮਾ ਗਾ ਜੇ ਸਾਹ ਤੋਰੀ ਆਏ ਜੇ ਤੋਂ ਬੁੱਧ ਜੇ ਸੋ ਥੋੜ੍ਹ ਆਏ ਜੇ ਤੋਂ ਸੰਗ ਕਜੇ ਸੋ ਥੋੜ੍ਹ ਆਏ ਦਾਪਨ ਦੀ ਨਾ ਦਿਲ ਦਾਪੀ ਵਞੇ ਤਾਂ ਪੋਇ ਵਰੀ ਚੈਬ ਕਿਹੜੋ ਸਜ ਰਾਮ ਚਰਿਤ ਸੁਣਤਾ ਗਾਏ ਰਸ ਵਿਸ਼ੇਸ਼ ਜਾਣਾ ਨਾ ਸਮਝਣ ਵਿਸ਼ੇਸ਼ ਰਸ ਹਾਸੁਰ ਨ ਕਰ ਆਏ ਜੇ ਤ੍ਰਿਪਤ ਥੀ ਵਞੇ ਤਾਂ ਉਹ ਜਾਏ ਜੇਤਰੀ ਵੀ ਬੁੱਧੰਦ ਓਤਰੋ ਅਨਾ ਨਕਰ ਬੁੱਧ ਅਨਾ ਨਕਰ ਹਾਸੁਰ ਕਾਂ ਜੇ ਲੋਭੀ ਮਾਣੋ ਕਿ ਅਨਾ ਪੈਸੋ ਅਨਾ ਪੈਸੋ ਅਨਾ ਪੈਸੋ ਹੁਜੇ ਹੀ ਹੁਜੇ ਖਪੇ ਹੀ ਖਪੇ ਤਾਂ ਉਹ ਜਾਏ ਪ੍ਰੇਮ ਸਤਸੰਗਨ ਦੀ ਵੀ ਪਿਆਸ ਅਨਾ ਹੁਜੇ ਹੀ ਹੁਜੇ ਅਨਾ ਅਨਾ ਬੁੱਧੋ ਅਨਾ ਚਾਹੋ ਜਾਏ ਸੁਠੋ ਆਏ ਤਾਂਜੇ ਅੰਦਰ ਉਮੰਗ ਆਏ ਉਤਸਾਹ ਆਏ ਇਹ ਮੈਂ ਕੋਈ ਸ਼ੱਕ ਨਾ ਪਰਮਾਤਮਾ ਕਰੇ ਚੱਲ ਇਹ ਵਧੰਦ ਰਹੇ ਦਿਨ ਦੁਨਾ ਰਾਤ ਚੌਗਣਾ ਚਾਹੋ ਸਤਨਾਮ ਸਤਨਾਮ ਸੋ ਵਕਤ ਦੇ ਅਨੁਸਾਰ ਤਾਂਜੇ ਗਾ ਦਿਨ ਜੈ ਵਜੀ ਵਿਆਨ ਹੋਜੇ ਦੇਰ ਸੀ ਹੋਈ ਅਦਾ ਸਕੇ ਚਾਹੋ ਜਾਏ ਸੀ ਚਾਹੁੰਦੇ ਤਾਂ ਤੋਂ ਚੰਦ ਅਨਾ ਹਲੇ ਅਨਾ ਹਲੇ ਚਾਹੋ ਜਾਏ ਸੀ ਤਾਂ ਨਾ ਥੱਕਦਾ ਦਾਸ ਥੱਕ ਜੀ ਪਾਉਂਦਾ ਚਾਹੋ ਜਾਏ ਸੀ ਤਾਂ ਜੋ ਪ੍ਰੇਮਾ ਬੀਣ ਦਾਸ ਜੋ ਹਾਲਾ ਹੀਣ ਚਾਹੋ ਜਾਏ ਸੀ ਪ੍ਰੇਮੀ ਚੰਗਾ ਪ੍ਰਸਥਾਨ ਕਰੇ ਚੁੱਕਾ ਹਨ ਅਨਾ ਕਈ ਬਾਕੀ ਰਹਿ ਰਹਿਣ ਜਿਨਜੀ ਜਿਹੜੀ ਗਾਦੀ ਆਏ ਉਨ ਸਹੂਲਤ ਸਾਂ ਤਾਰੀਖ ਆਏ ਉਨ ਮੁੰਹ ਹਰ ਕੋਈ ਰਵਾਨਾ ਪਿਓ ਸਿੰਦ ਵਨੇ ਚਾਹੋ ਜਾਏ ਜਾਦਾ ਕਿੰਜੀ ਟ੍ਰੇਨ ਆ ਕੇ ਕਿੰਜੀ ਕਿਥਾਂ ਵਨੀ ਕਰਕੇ ਪਹੁੰਚੀ ਕਰਕੇ ਆਇਓ ਵੀ ਆਏ ਕਿਥਾਂ ਪਹੁੰਚੇ ਤੋ ਵਨੇ ਪੈਂਦੇ ਪੈਂਦੇ ਘਰ ਜੋ ਘਰ ਵਿਛ ਗਿਆ ਸੋ ਘਰ ਪਾਇਆ ਹਰ ਸੰਤਨ ਕੋ ਸੀਸ ਨਿਭਾਇਆ ਤਾਂ ਪੈਂਦੇ ਪੈਂਦੇ ਘਰ ਅਤੇ ਘਰ ਵਨੀ ਹਰ ਕੋਈ ਸੁਖੀ ਥੇ ਆਨੰਦ ਵਠੇ ਜੋ ਜਿੱਦਾਂ ਆਇਓ ਆਏ ਉੱਥੇ ਪਹੁੰਚੀ ਕਰਕੇ ਪੈਂਦੀ ਜਾ ਬਜਾਏ ਅਤੇ ਆਈ ਸ਼ੁਭ ਕਾਮਨਾ ਕੀਤੀ ਵਨੀ ਚਾਹੋ ਜਾਏ ਕਲਾਕਾਰ ਕਦੇ ਖਾਂ ਵਧੀਕ ਤਾਂਖੇ ਕਿਆ ਬੁਧਾਇਣ ਉਹ ਵੀ ਡਾਪਨ ਨਥਾ ਤਾਂ ਵੀ ਡਾਪੋ ਕੋਣ ਥਾ ਚਾਹੋ ਜਾਏ ਜਿਨੀ ਜੀ ਮਹਿਮਾ ਮਹਾਨ ਆਏ ਚਲੋ ਅਹਿੜੋ ਪਿਆਰ ਪ੍ਰੇਮ ਵਧੰਦੋ ਰਹੇ ਇਹ ਮੈਂ ਕਾਈ ਵੀ ਕਮੀ ਨਾ ਅਚੇ ਚਾਹੋ ਸਤਨਾਮ ਦਾਸਕੇ ਰਹਿਤੀ ਹੋਈ ਜੈਂ ਦੇ ਕਰਕੇ ਤਾਂਜੇ ਹਾਜ਼ਰੀ ਨਾ ਭਰੇ ਸਕਸ ਬੋਲ ਕ੍ਰਿਸ਼ਨ ਚੰਦਰ ਭਗਵਾਨ ਬੋਲ ਬਾਂਕੇ ਪਿਆਰ ਅੱਜ 22 ਤਾਰੀਖ ਅਗਸਤ ਮਹੀਨੇ ਜੇ ਬ੍ਰਹਿਸਪਤੀਵਾਰ ਬ੍ਰਹਿਸਪਤੀਵਾਰ ਕੀ ਸ਼ਾਮ ਆ
ਅੱਜ ਕੇ ਸ਼ਾਮ ਬਾਜ਼ਾਰ 24 ਈਸਵੀ ਸਨ, ਬਾਜ਼ਾਰ 81 ਵਿਕਰਮ ਸੰਵਤ ਭਾਦਰਪਦ ਚਾਲੂ ਸੀ ਚੁੱਕੋ, ਜੰਹਿਂਜੋ ਕ੍ਰਿਸ਼ਨ ਪਕਸ਼ ਜੋ ਤ੍ਰਿਤੀਆ ਪੂਰੀ ਥੀ ਕਲਾ ਜੋ ਤ੍ਰਿਤੀਆ ਤ੍ਰਿਤੀਆ ਮੇਂ ਪ੍ਰਵੇਸ਼ ਕਰ ਰਿਹਾ ਹਾਂ। ਸਾਵਣ ਮਹੀਨੇ ਜੀ 17 ਤਾਰੀਖ ਸਿੰਧ ਵੀ ਅਜਾ ਹਲੀ ਰਿਹਾ ਹੈ। ਚਵੋ ਜੈ ਦੇਵਾਨ ਵਚਨ ਤਾਂ ਹਰ ਕੋਈ ਸੁਭਾਵ ਜੇ ਵਸ ਆਏ, ਸੁਭਾਵ ਕਹਿੰਦੇ ਵਸ न थींदो आहे। इहो हिकु उत्तम सिद्धांत आहे, वीचार आहे। भॻवानु ख़ुदि भगवद गीता जे अंदरि चयो आहे, सदृशम चेष्ट ते स्वस्थ प्रकृति ज्ञानवान बि, ज्ञानवान थी बि पंहिंजे प्रकृति जे अनुसार पंहिंजे स्वभाव जे अनुसार जीव हलंदो आहे। इहो टीह अध्याय जो 33 श्लोक चयो जाए परमात्मा जी अहिड़ी का लीला आहे, जहिड़ो जंहिंजा संस्कार आहिनि, जंहिंखे या जहिड़ो संग मिली वियो आहे, हिकु दफ़ो काई बि धारणा वेहिजी वई आहे त उहा निकिरणु ॾाढी ॾुखी ॻाल्हि आहे। तंहिं ते संग कंदे कंदे, सत्संग कंदे ॿुधंदे कुझु न कुझु फ़र्क़ु ज़रूरु ईंदो आहे। अणथियणी ॻाल्हि कान्हे, असंभव न आहे, पर संभव आहे। धीरे धीरे फ़र्क़ु अची वेंदो, इन में कोई शक न आहे। बोल कृष्ण चंद्र, अॼु चतुर्थी विर्त बि आहे ऐं गॾो गॾु तव्हांखे टीजड़ी, असां सिंधी समाज या ॿी समाज उहे कजरी चवंदा आहिनि विर्त। चओ जाए सुहाग क़ाइमु करण जे लाइ विर्त रखंदियूं माताऊं घणे पंहिंजे राति जो चंद्रमा खे ॾिसी करे अगुरु चाढ़े पोइ भोजन खाईंदियूं आहिनि। इहो विर्त आहे कंहिंजो पंहिंजो पंहिंजो जहिड़ी धारणा। बोल कृष्ण चंद्र तव्हांखे बिहारी जय जय श्री ਸਤਿ ਸ਼੍ਰੀ ਅਕਾਲ।